ਜਿਹੜੀ ਤੁਹਾਡੀ ਗੱਲ ਹੈ ਪੰਚਾਇਤੀ ਇਲੈਕਸ਼ਨ ਨੇੜੇ ਆ ਰਿਹਾ, ਇਹ ਕਿਸ ਤਰ੍ਹਾਂ ਹੋਣੇ ਚਾਹੀਦੇ ਪੰਚਾਇਤੀ ਇਲੈਕਸ਼ਨ ਜਿਹੜੇ ਆ? ਜਿਹੜੇ ਪੰਚਾਇਤੀ ਇਲੈਕਸ਼ਨ ਆ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਿਰਪੱਖ ਹੋਣੇ ਚਾਹੀਦੇ ਆ। ਆਪਣਾ ਤਾਂ ਜਿਹੜੀ ਪਿੰਡਾਂ ਦੇ ਵਿੱਚ ਪੰਚਾਇਤੀ ਇਲੈਕਸ਼ਨ ਆ ਉਹ ਸਰਬਸੰਮਤੀ ਹੋ ਜਾਣੀ ਚਾਹੀਦੀ ਆ, ਉਹਦੇ ਨਾਲ ਜਿਹੜਾ ਪਿੰਡਾਂ ਦਾ ਵਿਕਾਸ ਆ ਵੱਧ ਹੋਊਗਾ। ਜਦ ਪਿੰਡਾਂ ਦੇ ਵਿੱਚ ਪਾਰਟੀਬਾਜ਼ੀ ਹੋਊਗੀ ਤਾਂ ਉਹਦੇ ਨਾਲ ਖਿੱਚ ਧੂ ਜ਼ਿਆਦਾ ਹੋਊਗੀ, ਵਿਕਾਸ ਘੱਟ ਹੋਊਗਾ। ਇਸ ਲਈ ਇਹ ਨਿਰਪੱਖ ਅਤੇ ਬਿਨਾਂ ਪਾਰਟੀਬਾਜ਼ੀ ਤੋਂ ਹੋਣੇ ਜ਼ਰੂਰੀ ਆ। ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਜਾਂ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਜਿਹੜੀ ਸਰਕਾਰ ਨੇ 50% ਇਸਤਰੀਆਂ ਵਾਸਤੇ ਰਾਖਵਾਂ ਕੀਤਾ, ਚਲੋ ਉਹ ਮੰਨਣ ਯੋਗ ਆ ਵੀ ਉਹ ਠੀਕ ਕੀਤਾ, ਉਹਦੇ ਵਿੱਚ ਘੱਟੋ ਘੱਟ ਵੀ ਜਿਹੜੀ ਲੇਡੀਜ਼ ਦੀ ਕੁਆਲੀਫਿਕੇਸ਼ਨ ਆ ਉਹ ਮੈਟ੍ਰਿਕ ਹੋਣੀ ਜ਼ਰੂਰੀ ਆ, ਕਿਉਂਕਿ ਉੱਥੇ ਜਾ ਕੇ ਉਹ ਗੱਲਬਾਤ ਵੀ ਆਪਣੀ ਕਰ ਸਕਣ, ਆਪਣੇ ਇਲਾਕੇ ਦੇ ਪਿੰਡਾਂ ਦੇ ਮੁੱਦੇ ਵੀ ਉਠਾ ਸਕਣ ਉਹ ਜਾ ਕੇ ਜਨਾਨੀਆਂ ਜਿਹੜੀਆਂ। ਹੁਣ ਉੱਥੇ ਕਈ ਵਿਚਾਰੀਆਂ ਇਹਨਾਂ ਨੇ ਗੂਠਾ ਲਾਉਣ ਵਾਲੀਆਂ ਫੜ ਕੇ ਖੜੀਆਂ ਕਰ ਦਿੱਤੀਆਂ, ਉਹ ਉੱਥੇ ਜਾ ਕੇ ਕੀ ਕਰਨਗੀਆਂ? ਜਿਹੜੇ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਆ ਉਹਨਾਂ ਕੋਲ ਕੋਈ ਪਾਵਰ ਨਹੀਂ ਹੈਗੀ, ਅਤੇ ਇਸ ਕਰਕੇ ਉਹ ਸਿਰਫ ਇੱਕ ਜਦੋਂ ਬੀ ਡੀ ਓ ਜਾਂ ਉੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਸੈਕਟਰੀ ਨਾਲ ਜਾਂ ਡੀ ਡੀ ਪੀ ਓ ਨਾਲ ਜਾਂ ਮੀਟਿੰਗਾਂ ਹੁੰਦੀਆਂ ਉੱਥੇ ਉਹਨਾਂ ਨੂੰ ਚਾਹ ਦੇ ਕੱਪ ਤੱਕ ਹੀ ਮਤਲਬ ਲਿਆ, ਅਤੇ ਇਸ ਕਰਕੇ ਉਹਨਾਂ ਨੂੰ ਵੀ ਕੁਛ ਨਾ ਕੁਛ ਫੰਡ ਜਾਂ ਕੁਛ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਪਾਵਰਾਂ ਦੇਣੀਆਂ ਸਰਕਾਰ ਨੂੰ ਚਾਹੀਦੀਆਂ। ਇਸ ਤੋਂ ਇਲਾਵਾ ਸਾਡੇ ਰੋਪੜ ਦੇ ਜ਼ਿਲ੍ਹੇ ਦਾ ਵਿਕਾਸ ਜਿਹੜਾ ਆਮ ਆਦਮੀ ਪਾਰਟੀ ਦਾ ਐਮ ਐਲ ਏ ਆ ਉਹਦੇ ਕੋਲ ਕੋਈ ਵਿਕਾਸ ਦੀ ਆਸ ਨਹੀਂ ਹੈਗੀ, ਕਿਉਂਕਿ ਉਹਦੀ ਜਿਹੜੀ ਸੋਚਣੀ ਆ ਉਹ ਸਿਰਫ ਤੁਸੀਂ ਦੇਖਿਆ ਹੀ ਆ ਪਿਛਲੇ ਦਿਨਾਂ ਦੇ ਵਿੱਚ ਖੱਡਾਂ 'ਚ ਜਾ ਕੇ ਲੋਕਾਂ ਦੇ ਨਾਲ ਰੌਲਾ ਪਾਉਣਾ, ਕੋਈ ਐਮ ਐਲ ਏ ਵਾਲੀਆਂ ਉਹਦੇ ਵਿੱਚ ਕੋਈ ਬੰਦੇ ਦੀ ਗੱਲਾਂ ਨਹੀਂ ਹੈਗੀਆਂ। ਜੇ ਤੁਹਾਨੂੰ ਕਿਤੇ ਕੋਈ ਸ਼ਿਕਾਇਤ ਲੱਗਦੀ ਆ, ਕੋਈ ਖਾਮੀਆਂ ਲੱਗਦੀਆਂ ਜਾਂ ਕਿਤੇ ਨਜਾਇਜ਼ ਮਾਈਨਿੰਗ ਹੁੰਦੀ ਆ ਜਾਂ ਹੁੰਦੀ ਕੁਛ ਵੀ ਹੁੰਦਾ, ਐਮ ਐਲ ਏ ਕੋਈ ਪਾਵਰ ਨਹੀਂ ਜਾ ਕੇ ਉੱਥੇ ਲੋਕਾਂ ਨਾਲ ਹੱਥੋਂ ਪਾਈ ਹੋਵੇ, ਉਹ ਸਿਰਫ ਆਪਣੀ ਸ਼ਿਕਾਇਤ ਕਰ ਸਕਦਾ, ਸਰਕਾਰ ਨੂੰ ਕਰ ਸਕਦਾ, ਜ਼ਿਲ੍ਹਾ ਲੈਵਲ ਦੇ ਡਿਪਟੀ ਕਮਿਸ਼ਨਰ ਨੂੰ ਕਰ ਸਕਦਾ, ਮਾਈਨਿੰਗ ਅਫਸਰ ਤੱਕ ਕਰ ਸਕਦਾ, ਨਾ ਕਿ ਉਹਦੇ ਕੋਲ ਜਾਂ ਆਪਣੇ ਮਸਲਿੰਗ ਪਾਵਰ ਦਿਖਾਉਣ ਦੀ ਕੋਈ ਵੀ ਪਾਵਰ ਨਹੀਂ ਉਹਦੇ ਕੋਲ ਹੈਗੀ। ਇਸ ਕਰਕੇ ਉਹਦੇ ਕੋਲ ਵਿਕਾਸ ਦੀ ਕਿਸੇ ਨੂੰ ਵੀ ਕੋਈ ਆਸ ਨਹੀਂ ਰੱਖਣੀ ਚਾਹੀਦੀ। ਉਹ ਤਾਂ ਕੁਦਰਤੀ ਜਿਹੜਾ ਰੋਪੜ ਜ਼ਿਲ੍ਹੇ ਨੂੰ 5 ਸਾਲ ਆ ਜਿਹੜਾ ਗਲਤ ਲੋਕਾਂ ਨੇ ਵੋਟਿੰਗ ਕੀਤੀ ਆ, ਗਲਤ ਨੁਮਾਇੰਦਾ ਚੁਣਿਆ, ਉਹਦਾ 5 ਸਾਲ ਲੋਕਾਂ ਨੂੰ ਸੰਤਾਪ ਤਾਂ ਲਾਜ਼ਮੀ ਭੁਗਤਣਾ ਪਊਗਾ। ਦੇਖੋ ਜਿਹੜੀਆਂ ਗਰਾਂਟਾਂ ਆ ਸਿਰਫ ਗਲੀਆਂ ਨਾਲੀਆਂ ਤੱਕ ਤਾਂ ਸਾਰੀਆਂ ਸਰਕਾਰਾਂ ਹੀ ਦੇਈ ਜਾਂਦੀਆਂ। ਦੇਖੋ ਜਿਹੜਾ ਵਿਕਾਸ ਦਾ ਵੱਡਾ ਮੁੱਦਾ ਆ ਉਹ ਰੋਪੜ ਜ਼ਿਲ੍ਹੇ 'ਚ ਕੋਈ ਇੰਡਸਟਰੀ ਆਉਣੀ ਚਾਹੀਦੀ, ਕੋਈ ਰੁਜ਼ਗਾਰ ਆਉਣਾ ਚਾਹੀਦਾ, ਵੀ ਜਿਹੜੇ ਲੋਕ ਆਪਣਾ ਰੁਜ਼ਗਾਰ ਬੱਚੇ ਕਿਤੇ ਕੰਮ ਲੱਗਣ, ਜਿਹੜੇ ਵਿਹਲੇ ਫਿਰਦੇ ਆ, ਜਿਹੜੇ ਨਸ਼ਿਆਂ ਦੀ ਲਪੇਟ ਵਿੱਚ ਆ ਰਹੇ ਆ, ਅਤੇ ਉਹ ਲੋਕ ਆਪਣਾ ਕੰਮ ਲੱਗਣ, ਇੱਕ ਤਾਂ ਉਹ ਉਹਨਾਂ ਨੂੰ ਰੁਜ਼ਗਾਰ ਮਿਲੂਗਾ, ਇੱਕ ਜਿਹੜੇ ਇਹੋ ਜਿਹੇ ਆ ਮਾੜੀਆਂ ਲਾਹਨਤਾਂ ਉਹਨਾਂ ਤੋਂ ਬੱਚੇ ਬਚ ਸਕਣਗੇ।
ਵੱਡੀ ਖਬਰ ਆਈ ਹੈ ਵੀ ਰੋਪੜ ਦੇ ਵਿੱਚ ਜਿਹੜਾ ਸਫਾਈ ਦੀ ਸਮੱਸਿਆ ਵੀ ਹੈਗੀ ਹੈ, ਵੱਡੇ ਵੱਡੇ ਹੋਲਡਿੰਗ ਲਾ ਕੇ ਸਾਫ਼ ਸੁਥਰਾ ਰੱਖੋ, ਕਈ ਹਜ਼ਾਰਾਂ ਰੁਪਏ ਤੱਕ ਖਰਚ ਹੋ, ਇਹਦੇ ਬਾਰੇ ਕੋਈ ਟਿੱਪਣੀ ਕਰ ਸਕਦੇ? ਉਹ ਜਿਹੜੇ ਸਿਰਫ ਬੋਰਡਾਂ ਤੱਕ ਹੀ ਉਹ ਸਹਿਮਤ ਆ, ਸਿਰਫ ਐਡਵਰਟਾਈਜਮੈਂਟ ਦੇ ਸਾਹਮਣੇ, ਸਿਰਫ ਲੀਡਰਾਂ ਦੀਆਂ ਫੋਟੋ ਤੱਕ ਸਹਿਮਤ ਆ, ਉਹ ਨਜਾਇਜ਼ ਖਰਚਾ ਕਰਦੇ, ਉਹਦਾ ਕੋਈ ਵੀ ਸਫਾਈ ਉੱਤੇ ਜਾਂ ਰੋਪੜ ਦੇ ਵਿਕਾਸ ਉੱਤੇ ਕੋਈ ਉਹ ਬੋਰਡਾਂ ਨਾਲ ਕੋਈ ਅਸਰ ਨਹੀਂ ਹੋਣ ਵਾਲਾ, ਜਦ ਕਿ ਪ੍ਰੈਕਟੀਕਲ ਵਰਕ 'ਚ ਕੰਮ ਜਿਹੜੇ ਹੋਣੇ ਚਾਹੀਦੇ ਆ। ਰੋਪੜ ਸ਼ਹਿਰ ਹੈ ਜਾਂ ਰੋਪੜ ਜ਼ਿਲ੍ਹਾ ਆ, ਉਹ ਇਤਿਹਾਸਿਕ ਜ਼ਿਲ੍ਹਾ ਆ, ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਗ ਦੀ ਜਿਹੜੀ ਮੁਲਾਕਾਤ ਸੀ ਉਹ ਵੀ ਹੋਈ ਆ, ਇੱਥੇ ਇਤਿਹਾਸਿਕ ਮਕਬਰਾ ਵੀ ਆ, ਸਿੰਧੂ ਘਾਟੀ ਦੀ ਸੱਭਿਅਤਾ ਵੀ ਆ ਇੱਥੇ, ਕਿ ਇੱਥੋਂ ਤੱਕ ਕਿ ਜਿਹੜਾ ਬੋਟ ਕਲੱਬ ਬਣਿਆ ਸੀਗਾ ਉਹ ਬੜੀ ਵਧੀਆ ਚੀਜ਼ ਸੀ, ਉਹ ਗਿਆਨੀ ਜੈਲ ਸਿੰਘ ਟਾਈਮ ਬਣਿਆ ਸੀ, ਉੱਥੇ ਲੋਕ ਆਣ ਕੇ ਠਹਿਰਦੇ, ਦਰਿਆ ਦਾ ਜਿਹੜਾ ਸਤਲੁਜ ਦਰਿਆ ਇੱਕ ਇਤਿਹਾਸਿਕ ਦਰਿਆ ਆ ਉਹਦਾ ਨਜ਼ਾਰਾ ਲੈਂਦੇ ਸੀ। ਉਹ ਬਾਦਲਾਂ ਨੇ ਮਜੀਠੇ ਹੋਣਾ ਨੇ ਉਹਨੂੰ ਢਾਹ ਕੇ ਢਹਿ ਢੇਰੀ ਕਰ ਦਿੱਤਾ, ਉਹ ਵੀ ਇੱਕ ਜਿਹੜਾ ਖੁਰਾ ਖੋਜ ਉਹਦਾ ਇਹਨਾਂ ਨੇ ਮਿਟਾ ਦਿੱਤਾ। ਇਸ ਕਰਕੇ ਜਿਹੜਾ ਰੋਪੜ ਜ਼ਿਲ੍ਹਾ ਆ ਇਹਦੇ ਜਿੰਨਿਆਂ ਵੀ ਕੁਛ ਵੀ ਕਿਤੇ ਵੀ ਹੈ ਨਹੀਂ, ਇੱਥੇ ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਚੱਪੇ ਚੱਪੇ ਦੇ ਉੱਤੇ ਇਤਿਹਾਸਿਕ ਲੜਾਈਆਂ ਹੋਈਆਂ, ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਦੇ ਇੱਥੇ ਚਰਨਾਂ ਦੀ ਛੂਹ ਪ੍ਰਾਪਤ ਜ਼ਿਲ੍ਹਾ ਆ, ਤਾਂ ਇੱਥੋਂ ਹੀ ਰੋਪੜ ਜ਼ਿਲ੍ਹੇ ਦੇ ਵਿੱਚੋਂ ਹੀ ਪੰਜ ਪਿਆਰਿਆਂ ਦੀ ਸਾਜਨਾ ਹੋਈ ਆ, ਇਸੇ ਜ਼ਿਲ੍ਹੇ ਦੇ ਵਿੱਚੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਵਾਸਤੇ ਆਪਣੇ ਪਿਤਾ ਜੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਕੁਰਬਾਨੀ ਵਾਸਤੇ ਭੇਜਿਆ ਸੀਗਾ। ਇਸ ਕਰਕੇ ਇਸ ਜ਼ਿਲ੍ਹੇ ਦੀ ਜੇ ਆਪਾਂ ਸੋਚਿਆ ਜਾਵੇ ਦੇਣ ਨਹੀਂ ਦਿੱਤੀ ਜਾ ਸਕਦੀ।